ਤੂੰ ਠੀਕ ਆਖਦਾ ਹੈ ਸੁਖਿਆ। ਉਸ ਮੁਲਕ ਦਾ ਕੁਝ ਨਹੀਂ ਬਣ ਸਕਦਾ ਜਿੱਥੇ ਕੁੱਤੇ ਚੋਰਾਂ ਨਾਲ ਰਲ ਜਾਣ। ਨਾ ਆਪਾਂ ਫਿਰ ਐਵੇਂ ਹੀ IAS PCS ਬਣਨ ਦੇ ਸੁਪਨੇ ਲਈ ਜਾਂਦੇ ਹਾਂ। ਜੇ ਬੰਦਾ ਜ਼ਿੰਦਗੀ 'ਚ ਕੁਛ ਬਣ ਹੀ ਨਹੀਂ ਸਕਿਆ, ਕੁਛ ਨਾ ਹੀ ਨਾ ਕੀਤਾ, ਜ਼ਿੰਦਗੀ 'ਚ ਕੁਛ ਚੰਗਾ ਕੰਮ ਹੀ ਨਹੀਂ ਕੀਤਾ, ਤੇ ਲੱਖ ਲਾਹਨਤ ਐਸੀ ਜ਼ਿੰਦਗੀ ਦੇ। ਉਹ ਜੇ ਕੁਝ ਨਹੀਂ ਬਣ ਸਕਦੇ ਤਾਂ ਕੰਜਰੋ ਮੰਤਰੀ ਬਣ ਜਾਓ। ਓਏ ਕੀ ਬਕਵਾਸ ਕਰ ਰਹੇ ਹੋ, ਹੁਣ ਬਸ ਵੀ ਕਰੋ। ਭਾਸ਼ਣ ਦਿੰਦੇ ਨੇ ਅੱਜ ਦੇ ਬੱਚੇ ਕੱਲ ਦੇ ਨੇਤਾ। ਘਰਦਿਆਂ ਨੂੰ ਇਹ ਉਮੀਦ ਹੋਊ ਕਿ ਸਾਡਾ ਮੁੰਡਾ ਪੜ੍ਹ ਕੇ DC ਬਣੂਗਾ। ਅੱਜ ਇਹਨਾਂ ਚ 84 ਲੱਗ ਗਿਆ ਨਾ ਕੋਈ, ਮੈਂ ਕੁਸ਼ਤੀ ਛੱਡ ਦੂੰਗਾ। ਮੈਂ ਕੱਲਾ ਕਰੂੰਗਾ ਕੀ, ਦੇਸ਼ ਨੂੰ ਕਿੱਥੇ ਤੱਕ ਲੈ ਜਾਊਗਾ ਪੜ੍ਹ ਕੇ। ਇਹਨਾਂ ਕਿਤਾਬਾਂ ਨਾਲ ਹੀ ਮੈਂ ਪੜ੍ਹਦਾ, ਇਹਨਾਂ ਨਾਲ ਹੀ ਵੇਟ ਲਿਫਟਿੰਗ ਕਰਦਾ, ਕੀ ਬਣੂਗਾ। ਆ ਮਿਲ ਲਾ। ਓਹੋ, ਮੈਂ ਕੱਲਾ ਕਿੰਨੇ ਗੋਲਡ ਮੈਡਲ ਜਿੱਤੂਗਾ ਦੇਸ਼ ਵਾਸਤੇ। ਦੇਖ ਮੈਂ ਕਿਵੇਂ ਪਸੀਨੋ ਪਸੀਨੀ ਹੋਇਆ ਫਿਰਦਾ ਹੈ। ਉਹ ਭਾਈ ਸੁੱਖੇ, ਆ ਤੇਰਾ ਸਮਾਨ, ਮੇਰਾ ਮਤਲਬ ਤੇਰੀ ਲੱਖੋ, ਨਹੀਂ ਨਹੀਂ ਤੇਰੀ ਗੁਗਨੀ ਆਈ ਹੈ ਯਾਰ, ਮਿਲ ਲੈ। ਅੱਧਾ ਘੰਟਾ ਹੋ ਗਿਆ, ਕਿਸੇ ਚੱਜ ਦੀ ਜਗ੍ਹਾ ਤੇ ਬੈਠਿਆ ਕਰੋ, ਕਿਸੇ ਝਾੜੀਆਂ 'ਚ ਬੈਠਾ ਮੰਡ ਦੇ ਏਰੀਏ 'ਚ, ਕਿਸੇ ਫੁੱਲਾਂ ਵਾਲੀ ਜਗ੍ਹਾ 'ਤੇ ਬੈਠੀ ਰਹਿ, ਮਿਲ ਲੈ ਯਾਰ, ਮਿਲ ਲੈ ਜਲਦੀ। ਓਕੇ, ਕਿਵੇਂ ਤੂੰ, ਬੜਾ ਸਾਫ ਸਹੀ ਹੋਇਆ। ਹੋਰ ਭਜਾਈ ਦਾ ਕੀ ਹਾਲ ਹੈ? ਨੀ ਗੁੱਡੋ, ਤੂੰ ਹਮੇਸ਼ਾ ਖੇਡਦੀ ਰਹਿਣੀ ਹੈ, ਕਦੇ ਪੜ੍ਹ ਲਿਖ ਵੀ ਲਿਆ ਕਰ। ਵੀਰਾ, ਮੈਂ ਸਕੂਲ ਦਾ ਸਾਰਾ ਕੰਮ ਕਰ ਲਿਆ। ਅੱਛਾ, ਆ ਗਿਆ ਪੁੱਤਰ, ਬੜੀ ਦੇਰ ਕਰਤੀ ਅੱਜ। ਓ ਮਾਂ, ਅੱਜ ਕਾਲਜ ਵਿੱਚ ਫੰਕਸ਼ਨ ਸੀ, ਆ ਵੇਖ ਮਾਂ। ਜਿਉਂਦਾ ਰਹਿ ਪੁੱਤ, ਜਵਾਨੀਆਂ ਮਾਏ, ਰੱਬ ਤੇਰੀ ਲੰਮੀ ਉਮਰ ਕਰੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਹਮੇਸ਼ਾ ਹੀ ਨਾਮ ਜਿੱਤਦਾ ਰਹੇ। ਪੁੱਤ, ਸਰਪੰਚ ਆਇਆ ਸੀ, ਉਹ ਦੱਸਦਾ ਸੀ ਕੱਲ ਤੇਰੀ DSP ਨਾਲ ਤੂੰ ਮੈਂ ਹੋ ਗਈ। ਤੂੰ ਤਾਂ ਐਵੇਂ ਹਰ ਵੇਲੇ ਨਾ ਉੱਚੇ ਸਿਰ ਵਾਲੇ ਦੇ ਸਾਹਮਣੇ ਜਾ ਖੜੋ ਨਾ। ਹਾਂ ਮਾਂ, ਪ੍ਰੇਮ ਸਿੰਘ ਨੇ ਇਸ ਇਲਾਕੇ 'ਚ ਜੋ ਹਨੇਰ ਗਰਦੀ ਮਚਾਈ ਹੈ, ਮੈਂ ਦੱਸ ਨਹੀਂ ਸਕਦਾ। ਸਾਰਾ ਪਿੰਡ ਉਸ ਤੋਂ ਡਰਦਾ ਬੋਲਦਾ ਨਹੀਂ, ਤੇ ਉਤੋਂ DSP ਵੀ ਉਸੇ ਦਾ ਪਾਣੀ ਭਰਦਾ ਹੈ। ਪੁੱਤ, ਇਸ ਪਰਿਵਾਰ ਦਾ ਆਉਣ ਵਾਲਾ ਕੱਲ ਤੇਰੇ ਨਾਲ ਜੁੜਿਆ ਹੋਇਆ। ਤੂੰ ਹੀ ਮੇਰੀ ਉਮੀਦ ਹੈ, ਤੂੰ ਹੀ ਮੇਰਾ ਸੁਪਨਾ, ਤੂੰ ਹੀ ਮੇਰਾ ਜੀਵਨ ਹੈ, ਤੂੰ ਇਹਨਾਂ ਕੰਮਾਂ 'ਚੋਂ ਕੀ ਲੈਣਾ। ਪੁੱਤ, ਪੜ੍ਹ ਲਿਖ ਕੇ ਕਿਸੇ ਚੰਗੀ ਨੌਕਰੀ ਤੇ ਲੱਗ ਜਾ, ਮੈਂ ਵੀ 4 ਦਿਨ ਸੁੱਖ ਦੇ ਵੇਖ ਲਾ, ਨਾਲੇ ਸੰਨਾ ਦੇ ਪੇਟ 'ਚ ਕਦੇ ਲੱਤ ਨਹੀਂ ਅੜਾਈਦੀ। ਨਹੀਂ ਮਾਂ, ਮੈਂ ਅੱਜ ਦੇ ਜ਼ਮਾਨੇ ਦਾ ਨੌਜਵਾਨ ਹਾਂ, ਤੇ ਦਸਾਂ ਨੌਹਾਂ ਨਾਲ ਕਿਰਤ ਕਰਨ ਵਾਲੇ ਹੱਥ ਕਿਸੇ ਮਜ਼ਲੂਮ ਦੇ ਮੋਢਿਆਂ ਤੇ ਕਿਸੇ ਜ਼ਾਲਿਮ ਦੇ ਹੱਥਾਂ ਨੂੰ ਨਹੀਂ ਦੇਖ ਸਕਦੇ। ਇਸ ਇਲਾਕੇ ਦੇ ਲੋਕ MLA ਪ੍ਰੇਮ ਸਿੰਘ ਦੇ ਖੌਫ ਤੋਂ ਇੰਨਾ ਡਰਦੇ ਨੇ ਕਿ ਕੋਈ ਵੀ ਡਰਦਾ ਜ਼ਬਾਨ ਨਹੀਂ ਖੁੱਲਦਾ, ਤੇ ਉਹਨਾਂ ਮਜ਼ਲੂਮਾਂ ਦੇ ਡਰ ਨੂੰ ਦੂਰ ਕਰਨ ਲਈ ਜੇ ਮੈਨੂੰ ਆਪਣੇ ਸਿਰ ਦੀ ਬਾਜ਼ੀ ਵੀ ਲਗਾਉਣੀ ਪਈ ਤੇ ਮੈਂ ਲਾ ਦਿਆਂਗਾ ਵਾ। ਓਏ ਕੀ ਗੱਲ ਆ ਪਤੰਦਰ, ਉਹ ਅੱਜ ਸੁੱਕੀ ਪੀ ਜਾਂਦੇ ਆ। ਓਏ ਕਰ ਨਾ ਕੋਈ ਹਿੱਲਾ, ਓਏ ਆ ਗਿਆ ਬ੍ਰੋਇਲਰ ਕੁੱਕਰੀ ਦਾ ਚੂਚਾ। ਬਹੁਤ ਅੱਛੇ, ਬਹੁਤ ਅੱਛੇ, ਵੈਰੀ ਗੁੱਡ। ਉਹ ਇਹਦੇ ਤੇ ਤਰਸ ਕਰੋ, ਇਹਦੀ ਗਰੀਬੀ ਤੇ ਰੋਣ ਖਾਓ। ਅੱਛਾ, ਇਸ ਨੂੰ ਆ ਜਾ 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 ਜਾ
ਇੱਕ ਲੜਕੀ ਦੀ ਇੱਜ਼ਤ ਉਸ ਪਿੱਛੇ ਸਮਾਨ ਹੁੰਦੀ ਹੈ ਮੇਲੇ ਸਾਹਿਬ, ਜਿਹਦਾ ਟੁੱਟਦਾ ਤਾਂ ਦੂਰ ਉਸ ਤੇ ਚਰੀਕ ਵੀ ਆ ਜਾਏ ਤਾਂ ਸਮਾਜ ਪਸੰਦ ਨਹੀਂ ਕਰਦਾ। ਤੁਸੀਂ ਤਾਂ ਸਮਾਜ ਦੇ ਪਿਓ ਤੇ ਮੈਂ ਇੱਕ ਗਰੀਬ ਕੁੜੀ ਆ। ਪ੍ਰੇਮ ਦੀ ਤੰਦੀ ਵੱਡੀ ਹੋਵੇ, ਐਡੀ ਸੋਹਣੀ ਮਿੱਟੀ ਹੋਵੇ, ਅੱਖਾਂ ਦੀ ਮਸਤਾਨੀ ਹੋਵੇ, ਸ਼ੂਖ ਦੀ ਜਵਾਨੀ ਹੋਵੇ, ਉੱਪਰੋਂ ਸ਼ਾਮ ਸੁਹਾਵਣੀ ਹੋਵੇ, ਫਿਰ ਕਿਹਦਾ ਜੀ ਨਹੀਂ ਕਰਦਾ ਉੱਥੇ ਡੁੱਲ ਜਾਣ ਨੂੰ। ਦੇਖ ਗੁੱਡੋ, ਅੱਜ ਤੇਰੀ ਸਕੂਲੋਂ ਹੈਗੀ ਆ ਛੁੱਟੀ, ਤੇ ਛੁੱਟੀ ਦੇ ਦਿਨ ਸਾਰਾ ਦਿਨ ਸ਼ਰਾਰਤਾਂ ਹੀ ਨਾ ਕਰੀ ਜਾਇਆ ਕਰ, ਕਦੀ ਪੜ੍ਹ ਲਿਖ ਵੀ ਲਿਆ ਕਰ, ਸਮਝੀ? ਵੀਰਾ, ਐਤਕੀ ਨਾ ਮੈਂ ਸਕੂਲ 'ਚ ਫਸਟ ਆਣਾ ਹੈ। ਫਸਟ ਆਣਾ? ਹਾਂ। ਅੱਛਾ, ਐਤਕੀ ਜੇ ਤੂੰ ਫਸਟ ਆਈ ਨਾ ਤੇ ਮੈਂ ਤੈਨੂੰ ਘੜੀ ਵੀ ਲੈ ਕੇ ਦਊਂਗਾ ਤੇ ਇੱਕ ਸਾਈਕਲ ਵੀ। ਤੱਤਾ ਤੱਤਾ ਘੋੜਿਆ ਗੁਲਾਬੀ ਫੁੱਲ ਤੋੜਿਆ, ਤੱਤਾ ਤੱਤਾ ਘੋੜਿਆ ਗੁਲਾਬੀ ਫੁੱਲ ਤੋੜਿਆ, ਤੱਤਾ ਤੱਤਾ ਘੋੜਿਆ ਗੁਲਾਬੀ। ਚੁੱਪ ਕਰਕੇ ਚੀਕਾਂ ਦੀ ਆਵਾਜ਼ ਸੁਣ, ਇਹ ਜ਼ਰੂਰ ਕਿਸੇ ਅਬਲਾ ਦੇ ਸਿਰ ਤੋਂ ਚੁਣੀ ਲੱਤ ਚੰਦ ਪਾਤੀ ਚੀਕਾਂ ਨੇ। ਮੈਨੂੰ ਇਹਨਾਂ ਬੇਗੈਰਤਾਂ ਨੂੰ ਮਾਫ਼ ਕਰਨ ਦੀ ਆਦਤ ਨਾ ਪਾ, ਨਹੀਂ ਤਾਂ ਪਿੰਡ ਦੀ ਹਰ ਜਵਾਨ ਧੀ ਰੋਂਦੀ ਰਹਿ ਜਾਏਗੀ। ਵੀਰਾ, ਆ ਕਰ ਚੱਲੀਏ, ਨਹੀਂ ਤੇ ਤੈਨੂੰ ਮਾਰ ਦੇਣਗੇ। ਜਾ ਓਏ ਪ੍ਰੇਮ ਸਿਆ, ਮੇਰੀ ਭੈਣ ਦੀ ਮਾਸੂਮ ਹੱਥਕੜੀ ਨੇ ਤੇਰੀ ਜ਼ਿੰਦਗੀ ਦੇ ਸਾਰ ਕੁਝ ਹੋਰ ਵਧਾ ਦਿੱਤੇ ਨੇ। ਮੇਰੇ ਥਾਣੇ ਪੁੱਛਣ ਤੋਂ ਪਹਿਲਾਂ ਤੂੰ ਆਪਣੇ ਆਪ ਥਾਣੇਦਾਰ ਕੋਲ ਪਹੁੰਚ ਜਾਈ, ਨਹੀਂ ਤੇ ਯਾਦ ਰੱਖੀ, ਇਸ ਗਰੀਬਾਂ ਦੇ ਖੂਨ ਨਾਲ ਬੜੇ ਮਹਿਲ ਵਿੱਚ ਤੇਰੀਆਂ ਸਿਰਫ ਹੱਡੀਆਂ ਰਹਿ ਜਾਣਗੀਆਂ ਤੇ ਮਾਸ ਕੁੱਤੇ ਖਾ ਜਾਣਗੇ। ਥਾਣੇਦਾਰ ਸਾਹਿਬ, ਤੂੰ ਕੌਣ ਹੈ ਤੇ ਕਿਵੇਂ ਆਇਆ? ਥਾਣੇਦਾਰ ਸਾਹਿਬ, ਇੱਕ ਰਿਪੋਰਟ ਲਿਖਵਾਉਣੀ ਹੈ। ਕਾਹਦੀ? MLA ਪ੍ਰੇਮ ਸਿੰਘ ਤੋਂ ਦੇ ਗੁੰਡਿਆਂ ਨੇ ਰਲ ਕੇ ਸਾਡੇ ਪਿੰਡ ਦੀ ਗਰੀਬ ਕੁੜੀ ਪ੍ਰੀਤੀ ਦੀ ਇੱਜ਼ਤ ਲੁੱਟ ਲਈ ਹੈ। ਘਬਰਾਉਣ ਦੀ ਕੋਈ ਲੋੜ ਨਹੀਂ, ਸਿਰਫ ਸਬੂਤ ਚਾਹੀਦਾ। ਮੇਰੀ ਇਹ ਭੈਣ ਉਸ ਮੌਕੇ ਦੀ ਗਵਾਹ ਹੈ, ਮੈਂ ਤੇ ਮੇਰੀ ਭੈਣ ਨੇ ਸਭ ਕੁਝ ਆਪਣੀ ਅੱਖਾਂ ਨਾਲ ਵੇਖਿਆ ਹੈ ਤੇ ਸਭ ਤੋਂ ਵੱਡੀ ਗਵਾਹ ਤਾਂ ਉਹ ਬਦਨਸੀਬ ਲੜਕੀ ਹੈ ਜਿਹਦੇ ਨਾਲ ਇਹ ਕਾਰਾ ਵਰਤਿਆ ਹੈ। ਤੇ ਫਿਰ ਯਕੀਨ ਰੱਖ ਕਿ ਮੈਂ ਤਫਤੀਸ਼ ਵੀ ਪਿੰਡ ਦੇ ਚੌਕ ਵਿੱਚ ਹੀ ਕਰਾਂਗਾ ਤੇ ਗੁਨਾਹਗਾਰਾਂ ਨੂੰ ਸਜ਼ਾ ਵੀ ਪਿੰਡ ਦੇ ਚੌਕ ਵਿੱਚ ਹੀ ਦੇਵਾਂਗਾ। ਚੱਲ ਆ ਚੱਲੀਏ। ਹਾਂ, ਰਿਪੋਰਟਾਂ ਤੇਰੇ ਜ਼ੁਲਮ ਦੀਆਂ ਪਹਿਲਾਂ ਵੀ ਬਹੁਤ ਸਨ ਪਰ ਸਬੂਤ ਅੱਜ ਪਹਿਲੀ ਵਾਰੀ ਸਾਹਮਣੇ ਆਉਣ ਲੱਗਿਆ। ਤੁਹਾਡੇ ਖਿਲਾਫ ਇਲਜ਼ਾਮ ਹੈ ਕਿ ਤੁਸੀਂ ਆਪਣੇ ਸਾਥੀਆਂ ਨਾਲ ਮਿਲ ਕੇ ਪ੍ਰੀਤੀ ਦੀ ਲੁੱਟੀ ਤੇ ਲੁਟਵਾਈ ਹੈ, ਤੇ ਯਕੀਨ ਮੈਨੂੰ ਇਸ ਕਰਕੇ ਵੀ ਹੈ ਕਿ ਜਿਸ ਨੂੰ ਮੁਲਕ ਤੇ ਕੌਮ ਦੀ ਇੱਜ਼ਤ ਨਾਲ ਖੇਡਣ ਦੀ ਆਦਤ ਹੋਵੇ ਉਹ ਪਿੰਡ ਦੀ ਇੱਜ਼ਤ ਨਾਲ ਬੜੀ ਆਸਾਨੀ ਨਾਲ ਖੇਡ ਸਕਦਾ ਹੈ। ਥਾਣੇਦਾਰ, ਜਿਹਦੀ ਸ਼ਿਕਾਇਤ ਤੇ ਤੂੰ ਇੰਨੀ ਤਕਲੀਫ ਕੀਤੀ ਹੈ ਨਾ, ਉਹ ਇੱਕ ਗੁੰਡਾ ਹੈ ਜਿਹੜਾ ਮੇਰੇ ਹੀ ਇਲਾਕੇ ਦੇ ਵੋਟਰਾਂ ਨੂੰ ਮੇਰੇ ਹੀ ਖਿਲਾਫ ਭੜਕਾਉਂਦਾ ਰਹਿੰਦਾ ਹੈ। ਕਿਉਂ ਭੜਕਾਉਂਦਾ ਤੈਨੂੰ? ਬਾਕੀ ਰਹੀ ਉਸ ਕੁੜੀ ਪ੍ਰੀਤੀ ਦੀ ਗੱਲ, ਬਈ ਉਹਨੂੰ ਅਸੀਂ ਆਪਣੀ ਧੀ ਸਮਝਦੇ ਹਾਂ ਜਾਂ ਨਹੀਂ, ਉਹਨੂੰ ਤੁਸੀਂ ਖੁਦ ਪੁੱਛ ਲਓ। ਹੈ, ਕੁੜੀ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਸਤਿ ਸ਼੍ਰੀ ਅਕਾਲ ਥਾਣੇਦਾਰ ਸਾਹਿਬ। ਸਤਿ ਸ਼੍ਰੀ ਅਕਾਲ ਬੀਬਾ, ਤੇਰਾ ਨਾਮ ਪ੍ਰੀਤੀ ਹੈ? ਹਾਂਜੀ।
ਸੁੱਖੇ ਨੇ ਰਿਪੋਰਟ ਲਿਖਾਈ ਹੈ ਕਿ ਐਮਐਲਏ ਤੇ ਉਸਦੇ ਸਾਥੀਆਂ ਨੇ ਮਿਲ ਕੇ ਤੇਰੀ ਇੱਜ਼ਤ ਲੁੱਟੀ ਹੈ। ਇਹ ਝੂਠ ਬੋਲਦਾ ਥਾਣੇਦਾਰ ਸਾਹਿਬ, ਇਹਨੇ ਮੈਂ ਧਮਕੀ ਦਿੱਤੀ ਕਿ ਜੇ ਮੈਂ ਪ੍ਰੇਮ ਸਿੰਘ ਤੇ ਇਲਜ਼ਾਮ ਨਾ ਲਾਇਆ ਤੇ ਮੈਨੂੰ ਕਤਲ ਕਰ ਦੇਗਾ, ਇਹਨੂੰ ਇੱਥੋਂ ਲੈ ਜਾਓ ਤੇ ਇਹ ਸਾਰਾ ਪਿੰਡ ਮਾਰ ਦੇਗਾ ਤੇ ਕਿਸੇ ਵੀ ਘਰ ਦੀ ਜਵਾਨ ਕੁੜੀ ਦੀ ਇੱਜ਼ਤ ਬਚੀ ਨਹੀਂ ਰਹਿ ਸਕਦੀ। ਹਾਂ ਹਾਂ ਮਾਰ ਦੇਗਾ, ਮੈਂ ਸਾਰਾ ਪਿੰਡ ਮਾਰ ਦਾਂਗਾ, ਅੱਜ ਲਾ ਜਾਂਗਾ ਇਹਨਾਂ ਸਾਰਿਆਂ ਮੁਸਤਲਾਂ ਨੂੰ ਜਿਹੜੇ 5-5000 ਵਿੱਚ 5-5 ਸਾਲ ਲਈ ਆਪਣੇ ਆਪ ਨੂੰ ਇਹਨਾਂ ਤੱਲਿਆਂ ਕੋਲ ਵੇਚ ਦਿੰਦੇ ਨੇ। ਥਾਣੇਦਾਰ ਸਾਹਿਬ ਮੇਰੇ ਅੱਗੇ ਹਟ ਜਾਓ ਜਾਂ ਇਹਨੂੰ ਗੋਲੀ ਮਾਰ ਦਿਓ। ਮੈਨੂੰ ਇਸ ਧਰਤੀ ਤੋਂ ਚੁੱਕ ਲੈ ਰੱਬਾ, ਜਾਂ ਇਸ ਧਰਤੀ ਦੇ ਝੂਠੇ ਰੱਬਾਂ ਨੂੰ ਗੋਲੀ ਮਾਰ ਦੇ ਜਿਨ੍ਹਾਂ ਦੇ ਡਰ ਤੋਂ ਇਹਨਾਂ ਸਾਰੇ ਲੋਕਾਂ ਦੀਆਂ ਜ਼ਬਾਨਾਂ ਬੰਦ ਹੋ ਜਾਂਦੀਆਂ ਨੇ। ਥਾਣੇਦਾਰ ਸਾਹਿਬ ਮੈਂ ਇਹਨਾਂ ਨੂੰ ਚੱਕ ਦੇਣਾ ਹੈ ਜਾਂ ਇਹਨਾਂ ਬੇਗੈਰਤਾਂ ਦੇ ਪਿੰਡ ਨੂੰ ਉੜਾ ਦੇਣਾ ਹੈ। ਹੋਸ਼ ਵੀ ਕਰ ਸੁੱਖਿਆ। ਸੁਣ ਲਿਆ ਜੇ ਥਾਣੇਦਾਰ ਸਾਹਿਬ? ਸੁਣ ਵੀ ਲਿਆ ਤੇ ਸਮਝ ਵੀ ਲਿਆ। ਮੇਰੀ ਤੁਹਾਨੂੰ ਸਾਰਿਆਂ ਨੂੰ ਸਲਾਹ ਹੈ, ਬੁਰੇ ਕੰਮਾਂ ਤੋਂ ਤੌਬਾ ਕਰ ਲਓ। ਸੁੱਖਿਆ, ਗੁਨਾਹਗਾਰਾਂ ਨੂੰ ਗੋਲੀ ਦੀ ਬੜੀ ਰਹਿਤ ਹੈ, ਸਿਰਫ ਇੱਥੇ, ਉੱਥੇ ਨਹੀਂ ਜਿੱਥੇ ਗੁਨਾਹਾਂ ਦਾ ਹਿਸਾਬ ਹੋਣਾ ਹੈ। ਹਾਂ ਜਨਾਬ, ਤੇਰਾ ਗੁੱਸਾ ਲੈ ਗਿਆ ਹੋਵੇ ਤਾਂ ਇਸ ਗੁਨਾਹਗਾਰ ਦਾ ਆਖਰੀ ਬਿਆਨ ਵੀ ਸੁਣਦਾ ਜਾ। ਮੈਂ ਆਪਣੀ ਜ਼ੁਬਾਨ ਇਸ ਲਈ ਬਦਲੀ ਕਿ ਮੇਰਾ ਗਰੀਬ ਬਾਪ ਇਸ ਵੇਲੇ ਐਮਐਲਏ ਦੇ ਕਬਜ਼ੇ ਵਿੱਚ ਹੈ ਤੇ ਜੇ ਮੈਂ ਸੱਚ ਬੋਲ ਦਿੰਦੀ ਤਾਂ ਮੈਂ ਸਦਾ ਲਈ ਅਨਾਥ ਹੋ ਜਾਣਾ ਸੀ। ਮੈਨੂੰ ਮਾਫ ਕਰ ਦੇ ਸੁਖਿਆ, ਮਾਫ ਕਰ ਦੇ। ਪ੍ਰੇਮਿਆ, ਇਹ ਪਿੰਡ ਦਾ ਚੌਕ ਨਹੀਂ ਜਿੱਥੇ ਪ੍ਰੀਤੀ ਦੀ ਜ਼ਬਾਨ ਡੋਲ ਜਾਣੀ ਏ। ਇਹ ਇੰਤਕਾਮ ਦੀ ਅੱਗ ਏ। ਪ੍ਰੀਤੀ ਨਾ ਵੀ ਬੋਲੇ, ਤੂੰ ਨਾ ਵੀ ਮੰਨੇ, ਫਿਰ ਵੀ ਤੇਰੇ ਜ਼ੁਲਮ ਨੂੰ ਸਾੜ ਸਕਦੀ ਏ। ਤੂੰ ਪ੍ਰੀਤੀ ਦਾ ਉਹ ਬਿਆਨ ਸੁਣਿਆ ਸੀ ਜੋ ਚੌਕ ਵਿੱਚ ਸਾਰਿਆਂ ਦੇ ਸਾਹਮਣੇ ਸੀ, ਤੇ ਮੈਂ ਉਹਦੀ ਉਹ ਫਰਿਆਦ ਸੁਣੀਏ ਜਿਹੜੀ ਕਲਗੀਆਂ ਵਾਲੇ ਦੇ ਸਾਹਮਣੇ ਸੀ। ਸੁਖਿਆ, ਚੰਗਾ ਹੋਇਆ ਤੂੰ ਖੁਦ ਹੀ ਇੱਥੇ ਆ ਗਿਆ। ਵੈਸੇ ਤੈਨੂੰ ਆਪਣੀ ਬੇਇੱਜ਼ਤੀ ਕਰਾਉਣ ਦਾ ਬਾਰ ਬਾਰ ਬਹੁਤ ਸ਼ੌਕ ਹੈ, ਪੜੋ ਇਸ ਨੂੰ। ਆਹ
ਇੰਨੇ ਭੈੜੇ ਬੰਦੇ ਦੇ ਹੱਥ 'ਚ ਇੰਨੇ ਭੈੜੇ ਮੌਕੇ ਤੇ ਇਹ ਪਵਿੱਤਰ ਚੀਜ਼ ਕਿਵੇਂ ਆ ਗਈ? ਸੁਖਿਆ, ਮੈਂ ਨਿਤਨੇਮ ਤੇ ਹੱਥ ਰੱਖ ਕੇ ਸੱਚ ਬੋਲਣ ਗਿਆ। ਮੈਂ ਮੰਨਦਾ ਕਿ ਮੈਂ ਪ੍ਰੀਤੀ ਦੀ ਇੱਜ਼ਤ ਲੁੱਟੀ ਤੇ ਲੁਟਵਾਈ, ਪਰ ਅੱਜ ਤੋਂ ਬਾਅਦ ਹਰ ਧੀ ਨੂੰ ਆਪਣੀ ਧੀ ਸਮਝਾਂਗਾ, ਹਰ ਭੈਣ ਨੂੰ ਆਪਣੀ ਭੈਣ ਸਮਝਾਂਗਾ। ਮੇਰੀ ਇਹ ਆਖਰੀ ਭੁੱਲ ਸਮਝ ਕੇ ਮਾਫ਼ ਕਰ ਦੇ, ਇਹੀ ਸੋਚ ਕੇ ਮਾਫ਼ ਕਰ ਦੇ ਕਿ ਮਾਫ਼ੀ ਦਾ ਹੱਕ ਤੇ ਰੱਬ ਵੀ ਨਹੀਂ ਖੋਦਾ। ਓਏ, ਪ੍ਰੀਤੀ ਦੇ ਪਿਓ ਨੂੰ ਛੱਡ ਦਿਓ। ਪਰ ਮੇਰੀ ਇੱਕ ਗੱਲ ਯਾਦ ਰੱਖੀ, ਤੂੰ ਜਪਜੀ ਸਾਹਿਬ ਤੇ ਹੱਥ ਰੱਖ ਕੇ ਸੌਂਖਾ ਦੀਏ, ਜੇ ਤੂੰ ਇਸ ਸੌਂਹ ਤੋਂ ਮੁਕਰਿਆ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ। ਮਿਰਜ਼ਾ ਅੱਜ ਸਾਹਿਬਾਂ ਨੂੰ ਕੱਢ ਕੇ ਲੈ ਕੇ ਜਾਊਗਾ ਤੇ ਉਹਦੇ ਵੀਰ ਸ਼ਮੀਰ ਦੇਖਦੇ ਰਹਿ ਜਾਣਗੇ। ਅੱਜ ਤਾਰੇ ਦੀ ਅਣਖ ਨੇ ਪਹਿਲੀ ਤੇ ਆਖਰੀ ਵਾਰ ਹੁੰਗਾਰਾ ਦਿੱਤਾ। ਨਿਕਲੋ ਬਾਹਰ ਮੇਰੋ ਸਾਇਓ, ਓਏ ਥੋੜਾ ਜਵਾਈ ਆਇਆ ਬਾਹਰ ਆ ਕੇ ਦੇਖੋ। ਯਾਰ ਠੋਕਰ ਪੁਣੀ ਚ ਗਲਤ ਡਾਇਲੋਗ ਬੋਲੇ ਗਿਆ, ਕੁੱਟਖਾਣ ਨਾਲ ਡਾਇਲੋਗ ਹੈ, ਪਰ ਕੋਈ ਗੱਲ ਨਹੀਂ, ਮੈਂ ਸਾਂਭ ਲੂੰਗਾ। ਨਿਕਲੋ ਬਾਹਰ ਓਏ। ਪ੍ਰੈਕਟਿਸ ਕਰ ਰਿਹਾ, ਕੱਲ ਨੂੰ ਮੇਰਾ ਦੰਗਲ ਹੈ, ਸਾਰਾ ਕਰ ਗਿਆ, ਸਾਰਾ ਕਹੂੰਗਾ ਨੀ ਤੁਹਾਨੂੰ। ਮੇਰਾ ਮਤਲਬ ਹੈ ਸਾਰਾ, ਮੈਂ ਤੁਹਾਨੂੰ ਥੋੜੀ ਕਹਿਣਾ, ਸਾਰਾ ਤਾਂ ਉਹ ਹੁੰਦਾ ਜਿਹੜਾ ਅਸਲੀ ਸਾਰਾ ਹੋਵੇ। ਤੁਸੀਂ ਸਾਰੇ ਹੋ ਐਵੇਂ ਸਾਰੇ ਮਜਨੂੰ, ਲੈਲਾ ਤੇਰਾ ਮਜਨੂੰ ਨੀ, ਲੈਲਾ ਤੇਰਾ ਮਜਨੂੰ।